ਇੱਕ ਸਰਕਾਰੀ ਤੌਰ 'ਤੇ ਜਿਹੜੀਆਂ ਨਸ਼ਾ ਡਾਕਟਰ ਵੇਚ ਰਹੇ ਆ ਡਾਇਰੈਕਟ ਬੈਠੇ ਹਸਪਤਾਲਾਂ ਸਰਕਾਰੀ 'ਚ, ਅਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ, ਅਤੇ ਉਹ ਗੋਲੀ ਨੇ ਇਹਦੀ ਆਹ ਹਾਲਤ ਕਰਤੀ ਅੱਜ। ਅਤੇ ਸਰੀਰ ਦੇ ਵਿੱਚ ਹਾਲਤ ਦੇਖ ਲਓ ਕੀ ਬਣ ਗਈ ਆ। ਇਹ ਸਿੱਧੋ ਸਿੱਧਾ ਸਰਕਾਰ ਵੱਲੋਂ ਕੀਤਾ ਗਿਆ ਇੱਕ ਮਰਡਰ ਹੀ ਆ ਜੀ। ਭਾਈ ਜੀ ਮੇਰੀਆਂ ਲੱਤਾਂ ਬਾਂਹ ਖੜਦੀਆਂ ਜਾਂਦੀਆਂ, ਬਾਈ ਜੀ ਨਾ ਕਹੋ ਪਚਦਾ, ਚਾਰ ਪੰਜ ਦਿਨ ਗਏ ਰੋਟੀ ਖਾਧੀ ਨੂੰ। ਬਾਈ ਜੀ ਮੇਰੀ ਮਦਦ ਕਰੋ, ਬਾਈ ਜੀ ਹੱਥ ਬੰਨ ਕੇ ਬੇਨਤੀ ਆ ਬਾਈ ਜੀ। ਡੈਡੀ ਕਿੱਥੇ ਤੇਰਾ? ਪੂਰੇ ਹੋ ਗਏ ਜੀ। ਮੰਮੀ? ਮੰਮੀ ਪੂਰੀ ਹੋ ਗਈ ਜੀ। ਤੇ ਭੈਣ? ਕੋਈ ਨੀ ਪੁੱਛਦਾ ਜੀ। ਦੇਖੋ ਕੀ ਹਾਲਤ ਆ ਜੀ, ਜਮਾ ਹੀ ਪਿੰਜਰ ਬਣ ਗਿਆ ਪਿਆ ਜੀ। ਉਹ ਵੀ ਉਹਦੇ ਕਰਕੇ ਬਚਿਆ ਹੋਣਾ ਜੀ ਮੇਰਾ, ਕੋਈ ਨਹੀਂ ਮੈਂ ਇਕੱਲਾ ਪਾਣੀ ਆ ਸਕਦਾ। ਕੋਈ ਨਹੀਂ ਕੋਈ ਨਹੀਂ ਸੀ ਪੁੱਛਦਾ ਪਾਣੀ। ਪ੍ਰਦੀਪ ਵੀਰਾ ਇੱਕੋ ਹੀ ਗੱਲ ਕਹਿ ਰਿਹਾ ਬਾਰ ਬਾਰ, ਕੋਈ ਨਹੀਂ ਮੇਰਾ, ਕੋਈ ਸਾਂਭਣ ਵਾਲਾ ਹੈ ਨਹੀਂ, ਮੇਰਾ ਕੋਈ ਮਾਂ ਪਿਓ ਹੈ ਨਹੀਂ, ਉੱਤੇ ਲੈਟਰੀਨ ਬਾਥਰੂਮ ਕੋਈ, ਮੇਰੀ ਜ਼ਿੰਦਗੀ ਨਹੀਂ, ਨਰਕ ਬਣੀ ਹੋਈ ਆ। ਮੈਨੂੰ ਬੁਲਾਈ ਗੁਰੂ ਜੀ, ਮੈਨੂੰ ਇੱਥੋਂ ਕੱਢ ਲਓ ਜੀ ਨਰਕ 'ਚੋਂ, ਮੈਨੂੰ ਕੋਈ ਸਾਂਭਣ ਵਾਲਾ ਹੈ ਨਹੀਂ ਗਾ ਜੀ, ਮੈਂ ਬਹੁਤ ਔਖਾ ਜੀ, ਮੈਂ ਨਰਕ 'ਚਾਂ ਜੀ, ਮੈਂ ਮਰ ਜੂੰਗਾ ਜੀ, ਮੇਰੀ ਲੱਤ ਗਲ ਗਈ ਜੀ। ਬਾਈ ਜੀ ਮੈਨੂੰ ਸਾਖ ਲਓ ਜੀ, ਬਾਈ ਜੀ ਮੈਂ ਬਹੁਤ ਔਖਾ ਜੀ, ਬਾਈ ਜੀ ਬਾਈ ਜੀ ਬਹੁਤ ਔਖਾ ਜੀ, ਮੇਰਾ ਕੋਈ ਹੈ ਨਹੀਂ ਗਾ ਜੀ, ਮੈਨੂੰ ਸਾਂਭਣ ਵਾਲਾ ਹੈ ਨਹੀਂ ਗਾ, 2 ਮਹੀਨੇ ਹੋ ਗਏ ਮੰਜੇ 'ਤੇ ਪਏ ਨੂੰ ਜੀ, ਉੱਤੇ ਹੀ ਸਾਰਾ ਕੁਛ ਆ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਨੇ ਬਾਈ? ਸਤਿ ਸ਼੍ਰੀ ਅਕਾਲ। ਹੋਰ ਵੀਰੇ ਕਿਹੜਾ ਪਿੰਡ ਆਪਣਾ? ਕਿਲੀ ਚੈਲਾ। ਇਹ ਉੱਥੇ ਪਿੰਡੋਂ ਲਿਆਂਦਾ ਮੁੰਡਾ ਜੀ? ਠੀਕ ਆ ਵੀਰੇ, ਬੜੀ ਮਾੜੀ ਹਾਲਤ 'ਚ ਪਿਆ ਸੀ ਯਾਰ, ਹੈਂ ਵੀਰੇ। ਸਤਿ ਸ਼੍ਰੀ ਅਕਾਲ, ਕੀ ਹਾਲ ਬਣਾਈ ਫਿਰਦਾ ਤੂੰ ਆਪਦਾ? ਬਚਾਉਣ ਵਾਲਾ ਤਾਂ ਉਹ ਉੱਪਰ ਵਾਲਾ ਬੰਦਾ ਕੌਣ ਆ ਭਾਈ? ਜੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜਿੰਨੇ ਸਵਾਸ ਲਿਖਿਆ ਉਹਨੇ ਪੂਰੇ ਕਰਨੇ ਆ, ਫਿਕਰ ਨਾ ਕਰ ਤੂੰ। ਕੋਈ ਨਾ ਵੀਰੇ ਆਪਾਂ ਡਾਕਟਰ ਨਾਲ ਗੱਲ ਕਰਦੇ ਆ। ਤੇਰਾ ਨਾਂ ਕੀ ਆ ਵੀਰੇ? ਪ੍ਰਦੀਪ। ਪ੍ਰਦੀਪ ਸਿੰਘ, ਡੈਡੀ ਕਿੱਥੇ ਤੇਰਾ? ਪੂਰੇ ਹੋ ਗਏ। ਮੰਮੀ? ਮੰਮੀ ਪੂਰੀ ਹੋ ਗਈ ਜੀ। ਤੇ ਭੈਣ? ਕੋਈ ਨੀ ਪੁੱਛਦਾ ਜੀ। ਭਰਾ? ਭਰਾ ਵੀ ਨੀ ਪੁੱਛਦਾ ਜੀ, ਕਿੰਨੀ ਚੋਕਰਾ ਹੈਗਾ ਉਹਨੇ ਚੋਕਰਾ ਕਰੀ ਜਾਂਦਾ ਜੀ। ਤੇ ਕਾਹਤੋਂ ਨੀ ਪੁੱਛਦੇ? ਪਹਿਲਾਂ ਤੂੰ ਨਸ਼ੇ ਕਰਦਾ ਸੀ? ਟਰੱਕ 'ਤੇ ਸੀਗਾ ਜੀ, ਪਹਿਲਾਂ ਲੱਗ ਗਿਆ ਸੀਗਾ ਜੀ। ਜਦੋਂ ਤੇਰੇ ਹੱਟ ਪੈਰ ਚੱਲਦੇ ਉਦੋਂ ਤੂੰ ਵੀ ਨੀ ਕਿਸੇ ਨੂੰ ਪੁੱਛਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਗਾ ਜ਼ਿਲ੍ਹਾ ਅਤੇ ਪਿੰਡ ਕਿਲੀ ਚਹਿਲਾ, ਉੱਥੋਂ ਪਹੁੰਚੇ ਆ ਬਾਈ ਹੁਣੀ ਲੈ ਕੇ। ਵੀਰ ਦਾ ਨਾਂ ਪ੍ਰਦੀਪ ਸਿੰਘ ਆ। ਪ੍ਰਦੀਪ ਇੰਨੀ ਮਾੜੀ ਹਾਲਤ ਦੇ ਵਿੱਚ ਆ, ਇਸ ਟਾਈਮ ਆਕਸੀਜਨ ਵੀ ਪੂਰੀ ਨਹੀਂ, ਸਰਚੂਲੇਸ਼ਨ ਵੀ ਘੱਟ ਆ, ਸਾਹ ਲੈਣ 'ਚ ਵੀ ਪਰੇਸ਼ਾਨੀ ਆ ਰਹੀ ਆ, ਪੈਰਾਂ 'ਤੇ ਜ਼ਖਮ ਆ ਬਹੁਤ ਵੱਡੇ, ਹੱਡੀਆਂ ਦਾ ਪਿੰਜਰ ਬਣਿਆ ਪਿਆ ਘਰ 'ਚ, ਇਕੱਲਾ ਹੀ ਘਰ 'ਚ ਪਿਆ, ਮਾਂ ਪਿਓ ਦੀ ਮੌਤ ਹੋ ਚੁੱਕੀ ਆ, ਭੈਣ ਭਰਾ ਕੋਈ ਵੀ ਨੇੜੇ ਨਹੀਂ ਲੱਗ ਰਿਹਾ।
ਤੇ ਇਹ ਅੱਜ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਆ ਜਿੱਥੇ ਜਾਨਵਰ ਵੀ ਲਵਾਰਸ ਨਹੀਂ ਸੀ ਹੁੰਦਾ, ਅੱਜ ਉਹਨਾਂ ਪਿੰਡਾਂ ਦੇ ਵਿੱਚ ਇਨਸਾਨ ਲਵਾਰਸਾਂ ਵਾਂਗ ਪਏ ਆਪਣੇ ਘਰ ਦੇ ਵਿੱਚ ਨਰਕ ਕੱਟ ਰਹੇ ਆ। ਪਰ ਉੱਥੇ ਕੁਝ ਚੰਗੇ ਲੋਕ ਵੀ ਆ ਜਿਹੜੇ ਆਪਣਾ ਅੱਜ ਵੀ ਫਰਜ਼ ਨਿਭਾਉਣਾ ਜਾਣਦੇ ਨੇ। ਕਿਲੀ ਚਹਿਲ ਪਿੰਡ ਆ ਮੋਗੇ ਜ਼ਿਲ੍ਹੇ ਦਾ, ਬੜਾ ਸਿਰ ਕੱਢ ਪਿੰਡ ਆ। ਉਸ ਪਿੰਡ ਤੋਂ ਬਾਈ ਹੁਣੀ ਲੈ ਕੇ ਆਏ ਨੇ ਵੀਰੇ, ਤੁਹਾਡਾ ਕੀ ਨਾਂ? ਜਸਪਾਲ ਸਿੰਘ। ਵੀਰੇ ਬਲਜੀਤ ਸਿੰਘ, ਸੁਖਦੇਵ ਸਿੰਘ, ਇਹ ਚਾਰੋਂ ਵੀਰ ਪ੍ਰਦੀਪ ਨੂੰ ਇੱਥੇ ਲੈ ਕੇ ਆਏ ਨੇ। ਚੱਕੋ ਡਾਕਟਰ ਸਾਹਿਬ ਕੱਢੋ ਬਾਹਰ, ਪਾਓ ਸਟਿਚਰ ਤੇ। 290 ਪ੍ਰਦੀਪ, ਸ਼ੂਗਰ ਵੀ ਹੈ ਤੈਨੂੰ? ਕੋਈ ਨਾ। ਦੇਖੋ ਕੀ ਹਾਲਤ ਆ ਜੀ, ਜਮਾ ਹੀ ਪਿੰਜਰ ਬਣ ਗਿਆ ਪਿਆ ਜੀ। ਬਾਈ ਏਦਾਂ ਦੀ ਹਾਲਤ ਕਿਉਂ ਹੋ ਗਈ? ਇਹਦੇ ਘਰ ਦੇ ਹੈ ਨਹੀਂ ਸੀ ਕੋਈ ਹੋਰ? ਪਹਿਲਾਂ ਵੀ ਨਸ਼ੇ ਖੂਬ ਕਰਦਾ ਸੀ? ਪਹਿਲਾਂ ਨਸ਼ਾ ਕਰਦਾ ਸੀ ਜ਼ਿਆਦਾ? ਕਰਦਾ ਸੀ। ਠੀਕ ਹੈ, ਕੀ ਕਰਦਾ ਸੀ ਨਸ਼ਾ? ਕਿੰਨੇ ਭੈਣ ਭਰਾ ਵਾ ਤੁਸੀਂ? ਹੈ ਕਿੰਨੇ ਭੈਣ? ਤਿੰਨ ਭਰਾ? ਦੋ ਭਰਾ। ਤੁਸੀਂ ਦੋਨੇ ਹੀ ਹੋ? ਹਾਂਜੀ, ਦੋਨੇ ਹੀ। ਇੱਕ ਭੈਣ? ਇਸ ਤਰ੍ਹਾਂ ਦੇ ਲੋਕ ਆ ਜਿਹੜੇ ਪਿੰਡ ਵਾਲਿਆਂ ਨੇ ਵੀ ਨਹੀਂ ਕਿਸੇ ਨੇ ਵਾਹ ਫੜੀ ਪਈ, ਸਰਪੰਚ ਨੇ, ਕਿਸੇ ਨੇ, ਕਿਸੇ ਕੋਲ ਨਹੀਂ ਗਏ ਤੁਸੀਂ? ਫਿਰ ਆਈ ਵੀਰਾ ਜਿਹੜਾ ਲਈ ਫਿਰਦਾ ਨਹੀਂ ਪਿੰਡ ਦੀ ਪੰਚਾਇਤ ਵੱਲੋਂ, ਜਾਂ ਹੁਣ ਵੋਟਾਂ ਦਾ ਦੌਰ ਚੱਲਦਾ, ਕੋਈ ਹੋਰ ਕਿਸੇ ਵੱਲੋਂ ਕੋਈ ਮਦਦ ਨਹੀਂ? ਕੋਈ ਨਹੀਂ ਕਿਸੇ ਨੇ ਮਦਦ ਨਹੀਂ। ਅੱਛਾ ਜੀ, ਚਾਦਰਾ ਥੱਲੇ ਪਿਆ ਸੀ, ਕੋਈ ਨੀ ਸੀ ਪੁੱਛਦਾ ਪਾਣੀ? ਵਾਹਿਗੁਰੂ। ਮੈਂ ਦਿਹਾੜੀ ਚੱਲਿਆ ਜਾਂਦਾ ਸੀ। ਤੇਰੇ ਬੱਚੇ? ਬੱਚੇ ਮੇਰੇ ਮੁੰਡੇ ਦੀ ਡੈਥ ਹੋ ਗਈ ਜੀ, ਛੋਟਾ ਸੀਗਾ 9 ਮਹੀਨੇ ਦਾ, ਘਰ ਕਰੇ ਆ। ਪ੍ਰਦੀਪ ਵੀਰਾ ਇੱਕੋ ਹੀ ਗੱਲ ਕਹਿ ਰਿਹਾ ਬਾਰ ਬਾਰ, ਕੋਈ ਨੀ ਮੇਰਾ, ਪਾਣੀ ਵੀ ਨਹੀਂ ਕਿਸੇ ਨੇ ਪਿਲਾਇਆ, ਲੋਹੇ ਦੀਆਂ ਚਾਦਰਾਂ ਥੱਲੇ, ਟੀਨਾਂ ਥੱਲੇ, ਜਿਹੜੀਆਂ ਖੁਦ ਤਪੀ ਜਾਂਦੀਆਂ ਤਵੀ ਵਾਂਗੂ, ਉਹਨਾਂ ਥੱਲੇ ਐਂ ਪਿਆ ਸੀ ਜਿਵੇਂ ਚੁਰ ਦੇ ਵਿੱਚ ਬੰਦਾ ਪੈ ਜਾਵੇ। ਪਰ ਅੱਜ ਪ੍ਰੋਬਲਮ ਇਹ ਨਹੀਂ ਹੈਗੀ ਵੀ ਪ੍ਰਦੀਪ ਸਿੰਘ ਦੇ ਜੋ ਹਾਲਾਤ ਬਣੇ ਆ, ਪ੍ਰੋਬਲਮ ਇਹ ਆ ਵੀ ਅੱਜ ਸਾਡੇ ਸਮਾਜ ਦੇ ਕਿੱਦਾਂ ਦੇ ਹਾਲਾਤ ਬਣਦੇ ਜਾਂਦੇ। ਦੇਖੋ ਕਿੱਡੀ ਤ੍ਰਾਸਦੀ ਆ, ਇਹ ਬਿਮਾਰੀ ਨਹੀਂ ਗਰੀਬੀ ਆ, ਇਹ ਜਿਹੜੀ ਆ ਹਾਲਤ ਹੈ ਇਹਦੀ, ਆ ਸਰੀਰ ਜਿਹੜਾ ਪਿਆ, ਇਹ ਸਰੀਰ ਨਹੀਂ ਇਨਸਾਨ ਦਾ ਨਹੀਂ, ਇਹ ਗਰੀਬੀ ਦਾ। ਗਰੀਬੀ ਆਪਣੇ ਆਪ 'ਚ ਇੱਕ ਵੱਡੀ ਬਿਮਾਰੀ ਆ। ਹੁਣ ਇਹੀ
ਚਾਰ ਛਿੱਲੜ ਹੁੰਦੇ ਇਹਨਾਂ ਕੋਲ, ਇਹ ਵੀ ਕਿਸੇ ਵੱਡੇ ਹਸਪਤਾਲ ਜਾ ਕੇ ਇਲਾਜ ਕਰਾ ਲੈਂਦੇ ਚੰਗੀ ਖੁਰਾਕ ਖਾਂਦੇ ਜਾਂ। ਪਰ ਇੱਕ ਸਰਕਾਰੀ ਤੌਰ 'ਤੇ ਜਿਹੜੀਆਂ ਨਸ਼ਾ ਡਾਕਟਰ ਵੇਚ ਰਹੇ ਆ ਡਾਇਰੈਕਟ ਬੈਠੇ ਹਸਪਤਾਲਾਂ ਸਰਕਾਰੀ 'ਚ, ਅਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ, ਆਹ ਜ਼ਖਮ ਉਹਦੇ ਨਾਲ ਹੋਏ ਹੋਏ ਆ, ਉਹਨੇ ਲੀਵਰ ਹੀ ਖਤਮ ਕਰਤਾ ਇਹਦਾ। ਉਹ ਜੀਭ ਥੱਲੇ ਵਾਲੀਆਂ ਗੋਲੀਆਂ ਇੰਨੀਆਂ ਜ਼ਿਆਦਾ ਖਤਰਨਾਕ ਆ, ਮੰਨ ਲਓ ਚਿੱਟੇ ਦੀ ਵੀ ਉਹ ਮਾਂ ਵਾ ਗੋਲੀ। ਅਤੇ ਜਿਹੜੇ ਪੰਜਾਬ ਦੇ ਵਿੱਚ ਬੰਦੇ ਪੋਸਟ ਖਾਂਦੇ ਸੀ ਉਹ ਗੋਲੀਆਂ 'ਤੇ ਲੱਗ ਗਏ, ਅਤੇ ਉਹ ਗੋਲੀਆਂ ਕਈ ਤਾਂ ਚਾਰ ਚਾਰ ਪੰਜ ਪੰਜ ਗੋਲੀਆਂ ਜੀਭ ਥੱਲੇ ਰੱਖ ਲੈਂਦੇ ਆ, ਜਦੋਂ ਸਰੀਰ ਝੱਲਦਾ ਹੌਲੀ ਹੌਲੀ ਉਹ ਸਰੀਰ ਨੂੰ ਅੰਦਰੋਂ ਖਤਮ ਕਰ ਦਿੰਦੀ ਆ, ਨਿਚੋੜ ਦਿੰਦੀ ਆ, ਫਿਰ ਸਰੀਰ ਗੋਲੀ ਵੀ ਨਹੀਂ ਚੱਲਦਾ। ਹੁਣ ਅੱਧੀ ਗੋਲੀ ਖਾਂਦਾ ਪ੍ਰਦੀਪ, ਅਤੇ ਸਰੀਰ ਦੇ ਵਿੱਚ ਹਾਲਤ ਦੇਖ ਲਓ ਕੀ ਬਣ ਗਈ ਆ। ਅਤੇ ਇਹ ਸਿੱਧੋ ਸਿੱਧਾ ਸਰਕਾਰ ਵੱਲੋਂ ਕੀਤਾ ਗਿਆ ਇੱਕ ਮਰਡਰ ਹੀ ਆ ਇਹ, ਕਿਉਂਕਿ ਜਿਹੜੀਆਂ ਉਹ ਸਰਕਾਰੀ ਤੌਰ 'ਤੇ ਗੋਲੀਆਂ ਵੇਚੀਆਂ ਜਾਂਦੀਆਂ ਉੱਥੇ ਦਿੱਤੀਆਂ ਜਾਂਦੀਆਂ ਫ੍ਰੀ ਵਾਂਗੂ, ਐਂ ਵੰਡੇ ਜਾਂਦੇ ਆ ਰਿਓੜੀਆਂ, ਉਹ ਨਿਰੀ ਜ਼ਹਿਰ ਆ, ਅਤੇ ਉਹ ਇਹਨਾਂ ਮਜ਼ਦੂਰ ਕਲਾਸ ਲੋਕਾਂ 'ਤੇ ਗਰੀਬਾਂ 'ਤੇ ਬਹੁਤ ਹੀ ਮਾੜਾ ਅਸਰ ਪਾਉਂਦੀ ਆ, ਕਿਉਂਕਿ ਖੁਰਾਕ ਓਨੀ ਹੈ ਨਹੀਂ, ਗੋਲੀਆਂ ਖਾ ਕੇ ਫਿਰ ਦਿਹਾੜੀ 'ਤੇ ਜਾਣਾ, ਅਤੇ ਜਿਹਦੇ ਗਾਂਹ ਦਿਹਾੜੀ ਜਾਣਾ ਉਹਨੇ ਵੀ ਪੂਰਾ ਟਾਈਮ ਕੰਮ ਲੈਣਾ ਠੋਕ ਕੇ, ਤਾਂ ਫਿਰ ਆਹ ਹਾਲਾਤ ਹੌਲੀ ਹੌਲੀ ਬਣ ਜਾਂਦੇ ਜੋ ਅੱਜ ਪ੍ਰਦੀਪ ਦੇ ਬਣ ਗਏ। ਕਿੰਨੇ ਕੁ ਟਾਈਮ ਤੋਂ ਬਾਈ ਇਹ ਪਿਆ ਮੰਜੇ 'ਤੇ? ਇਸ ਹਾਲਤ 'ਚ ਪਏ ਨੂੰ, ਪਰ ਇਹ ਬੜੀ ਤ੍ਰਾਸਦੀ ਆ ਵੀ ਬਾਈ ਦੀ ਆਪਣੇ ਨਗਰ ਖੇੜੇ ਵਿੱਚ ਵੀ ਮਦਦ ਨਹੀਂ ਹੁੰਦੀ। ਦੇਖੋ ਅੱਗੇ ਲੋਕ ਇੱਕ ਦੂਜੇ ਦੀ ਬਾਹਾਂ ਬਣਦੇ ਸੀਗੇ, ਇੱਕ ਦੂਜੇ ਦਾ ਸਾਥ ਦਿੰਦੇ ਸੀਗੇ, ਅੱਜ ਕੋਈ ਕਿਸੇ ਦਾ ਵੇਲੇ ਨਹੀਂ ਪਾਈ। ਅਤੇ ਹੁਣ ਪ੍ਰਦੀਪ ਦੀ ਸਿਹਤ ਜਾਬੀ ਲਈ ਸਾਰੇ ਭੈਣ ਭਰਾ ਅਰਦਾਸ ਕਰਿਓ, ਇਹ ਵੀ ਠੀਕ ਹੋ ਜਾਵੇ, ਠੀਕ ਹੋ ਕੇ ਆਪਣੇ ਜਿਉਣ ਜੋਗਾ ਹੋ ਜਾਵੇ, ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਾਵੇ ਬਾਈ। ਅਸੀਂ ਕੌਣ ਆ ਬਚਾਉਣ ਵਾਲੇ? ਉਹ ਆ ਬਾਬਾ ਨਾਨਕ, ਹੈ ਨਾ, ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਾਉਣੀ ਹੈ ਨਾ ਬਾਅਦ 'ਚ। ਵੀਰੇ ਨੇ ਜਿਵੇਂ ਦੱਸਿਆ ਟਰੱਕ ਡਰਾਈਵਰ ਸੀ ਪੇਸ਼ੇ ਤੋਂ, 14-15 ਸਾਲ ਦੀ ਉਮਰ 'ਚ ਹੀ ਟਰੱਕ ਚਲਾਉਣ ਲੱਗ ਗਿਆ ਸੀ, ਅਤੇ ਟਰੱਕ ਚਲਾਉਂਦੇ ਸਮੇਂ ਡੋਡੇ ਪੋਸਟ ਖਾਣ ਲੱਗ ਗਿਆ, ਅਤੇ ਉਦੋਂ ਹੱਡ ਪੈਰ ਚੱਲਦੇ ਸੀ ਵਧੀਆ, ਚਾਰ ਪੈਸੇ ਬਣਦੇ ਸੀ, ਡੋਡੇ ਖਾਈ ਗਿਆ। ਹੁਣ ਟਰੱਕ ਚਲਾਉਣ ਤੋਂ ਵੀ ਰਹਿ ਗਿਆ, ਅਤੇ ਫਿਰ ਗੋਲੀ ਖਾਣ ਲੱਗ ਗਿਆ ਜਿਹੜੀ ਜੀਭ ਥੱਲੇ ਰੱਖਣ ਵਾਲੀ ਹੈ, ਅਤੇ ਉਹ ਗੋਲੀ ਨੇ ਇਹਦੀ ਆਹ ਹਾਲਤ ਕਰਤੀ। ਅੱਜ ਹੱਡੀਆਂ ਦਾ ਪਿੰਜਰ ਬਣਾਤਾ ਪ੍ਰਦੀਪ, ਜਿਹਦਾ ਐਡਾ ਸਰੀਰ ਸੀ ਤਕੜਾ, ਲੁਗ ਲੁਗ ਕਰਦਾ ਸੀ, ਕੰਨਾਂ 'ਚ ਨੱਤੀ ਪਾਈ ਹੋਈ ਆ, ਪੂਰਾ ਸ਼ੌਕੀਨ ਸੀ ਇਹ ਮੁੰਡਾ, ਪਰ ਅੱਜ 25 ਕਿਲੋ ਦੀਆਂ ਹੱਡੀਆਂ ਰਹਿ ਗਈਆਂ। ਜਦੋਂ ਕੋਈ ਗਰੀਬ ਇਸ ਹਾਲਤ 'ਚ ਚਲੇ ਜਾਂਦਾ, ਡਿੱਗ ਪੈਂਦਾ ਇੱਕ ਵਾਰੀ, ਉਹਨੂੰ ਕੋਈ ਉਠਾਉਂਦਾ ਨਹੀਂ ਭਰਾਵੋ, ਕੋਈ ਨਹੀਂ ਪੁੱਛਦਾ ਆ ਕੇ, ਕੋਈ ਨਹੀਂ ਕਹਿੰਦਾ ਕਿ ਵੀ ਪ੍ਰਦੀਪ ਚੱਲ ਤੇਰਾ ਇਲਾਜ ਕਰਾਈਏ। ਕਮੀਆਂ ਪਹਿਲਾਂ ਦੇਖਣ ਲੱਗ ਜਾਂਦੇ ਆ, ਵੀ ਤਾਂ ਗੋਲੀ ਖਾਂਦਾ ਵਾ ਜੀ, ਇਹ ਤਾਂ ਨਸ਼ੇ ਕਰਦਾ ਜੀ, ਦੇਖੋ ਕਮੀਆਂ ਦੇ ਤਾਂ ਅਸੀਂ ਸਾਰੇ ਭਰੇ ਪਏ ਹਾਂ। ਪ੍ਰਦੀਪ ਸਿੰਘ ਦੀ ਲੱਤ ਗਲੀ ਪਈ ਹੈ ਸਾਰੀ, ਉੱਤੇ ਕੱਪੜੇ ਗੰਦੇ, ਲੀਰਾਂ ਬੰਨੀਆਂ ਹੋਈਆਂ ਵਾ, ਪਜਾਮਾ ਪਜੁਮਾ ਪਾੜ ਕੇ ਬੰਨੀ ਫਿਰਦਾ ਵਿਚਾਰਾ, ਅਤੇ ਕੋਈ ਸਾਂਭਣ ਵਾਲਾ ਨਹੀਂ ਗਾ।
ਇੱਕ ਭੈਣ ਤੇ ਦੋ ਭਰਾ ਵਾ। ਆ ਭਰਾ ਖੜਾ ਕੋਲੇ, ਇਹ ਵੀ ਦਿਹਾੜੀ ਕਰਦਾ, ਮਜ਼ਦੂਰੀ ਕਰਦਾ। ਇਹ ਕਹਿੰਦਾ ਮੈਂ ਤਾਂ ਰੋਟੀ ਵੀ ਦੇ ਸਕਦਾ ਸੀ। ਸਰਕਾਰੀ ਹਸਪਤਾਲ 'ਚ ਲੈ ਕੇ ਗਏ ਸੀਗੇ ਤੇ ਸਰਕਾਰੀ ਹਸਪਤਾਲ ਵਾਲਿਆਂ ਨੇ ਦੋ ਚਾਰ ਦਿਨ ਰੱਖ ਕੇ ਛੁੱਟੀ ਦੇ ਦਿੱਤੀ। ਫਿਰ ਘਰੇ ਪਿਆ, ਤੜਫ ਹੀ ਜਾਂਦਾ ਸੀ। ਬਸ ਕਰਿਓ ਅਰਦਾਸ ਇਹ ਵੀਰ ਤੰਦਰੁਸਤ ਹੋ ਜਾਵੇ। ਕਹਿੰਦਾ ਵੀਰੇ ਮੈਂ ਇੱਥੇ ਰਹਿ ਕੇ ਸੇਵਾ ਕਰਾਊਂ, ਬਸ ਮੈਨੂੰ ਬਚਾ ਲਓ। ਕਰਿਓ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Bye.